ਹਾਏ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਜਾਣਾਂਗੇ ਪੰਗੀ ਮਿਸਲ ਦਾ ਨਾਮ ਪੰਗੀ ਮਿਸਲ ਕਿਵੇਂ ਪਿਆ ਕੀ ਪੰਗੀ ਮਿਸਲ ਦੇ ਸਾਰੇ ਮੈਂਬਰ ਭੰਗ ਪੀਂਦੇ ਸਨ ਇਸ ਤੋਂ ਪੰਗੀ ਮਿਸਲ ਦਾ ਨਾਮ ਪਿਆ ਕੀ ਸਿੱਖ ਧਰਮ ਵਿੱਚ ਭੰਗ ਪੀਣਾ ਜਾਇਜ਼ ਹੈ ਇਸ ਬਾਰੇ ਅੱਜ ਅਸੀਂ ਵਿਸਥਾਰ ਨਾਲ ਜਾਣਾਂਗੇ ਸੰਗਤ ਜੀ ਸਰਦਾਰ ਹਰੀ ਸਿੰਘ ਪੰਗੀ ਪੰਗੀ ਮਿਸਲ ਦਾ ਇੱਕ ਸ਼ਕਤੀਸ਼ਾਲੀ ਸਰਦਾਰ ਸੀ ਕੀ ਇਹ ਸਰਦਾਰ ਸਾਰਾ ਦਿਨ ਭੰਗ ਪੀ ਕੇ ਪਿਆ ਰਹਿੰਦਾ ਸੀ ਦਰਅਸਲ ਇਹ ਸਵਾਲ ਵੱਡੀ ਗਿਣਤੀ ਵਿੱਚ ਸਭਨਾਂ ਦੇ ਮਨਾਂ ਵਿੱਚ ਉੱਠਦਾ ਹੈ ਕਿ ਆਖਰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਭੰਗ ਦੀ ਵਰਤੋਂ ਕਿਉਂ ਕਰਦੇ ਹਨ ਜਿਹੜਾ ਸਿੱਖ ਧਰਮ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਉਹ ਖੁਦ ਨਸ਼ਾ ਭੰਗ ਦਾ ਕਰਦਾ ਹੈ ਖਾਲਸਾ ਜੀ ਭੰਗ ਦੀ ਵਰਤੋਂ ਸਿੱਖ ਧਰਮ ਵਿੱਚ 18ਵੀਂ ਸਦੀ ਤੋਂ ਚੱਲਦੀ ਆ ਰਹੀ ਹੈ ਹਰ ਜੰਗ ਤੋਂ ਪਹਿਲਾਂ ਨਿਹੰਗ ਸਿੰਘ ਸੁਖ ਨਿਧਾਨ ਦੀ ਦੇਗ ਤਿਆਰ ਕਰਿਆ ਕਰਦੇ ਸਨ ਭੰਗ ਨੂੰ ਹੀ ਨਿਹੰਗ ਸਿੰਘਾਂ ਦੇ ਬੋਲਿਆਂ ਵਿੱਚ ਸੁਖ ਨਿਧਾਨ ਕਿਹਾ ਜਾਂਦਾ ਹੈ ਇਹ ਦੇਗ ਇਸ ਲਈ ਤਿਆਰ ਕੀਤੀ ਜਾਂਦੀ ਸੀ ਕਿ ਭੰਗ ਵਿੱਚ ਆਸ਼ਤੀ ਗੁਣ ਬਹੁਤ ਹੁੰਦੇ ਹਨ ਭੰਗ ਦੇ ਵਿੱਚ ਹੈਮੋਸਟੈਟਿਕ ਨਾਮ ਦਾ ਗੁਣ ਪਾਇਆ ਜਾਂਦਾ ਹੈ ਜੋ ਜ਼ੰਗ ਦੇ ਵਿੱਚ ਫਟ ਲੱਗਣ ਤੇ ਖੂਨ ਰੋਕਣ ਦੇ ਕੰਮ ਆਉਂਦਾ ਹੈ ਉਸ ਸਮਿਆਂ ਵਿੱਚ ਭੰਗ ਦੀ ਵਰਤੋਂ ਐਜ਼ ਅ ਪੇਨ ਕਲਰ ਲਈ ਵੀ ਕੀਤੀ ਜਾਂਦੀ ਸੀ ਇਕੱਲੀਆਂ ਸਿੱਖ ਫੌਜਾਂ ਹੀ ਨਹੀਂ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਮੁਗਲ ਰਾਜਪੂਤ ਤੇ ਮਰਹਟੇ ਵੀ ਭੰਗ ਦਾ ਇਸਤੇਮਾਲ ਬਹੁਤ ਕਰਦੇ ਸਨ ਭਾਵੇਂ ਕਿ ਹਰ ਫੌਜ ਆਪਣੇ ਸਪਾਹੀਆਂ ਦੇ ਜ਼ਖਮ ਨੂੰ ਠੀਕ ਕਰਨ ਲਈ ਭੰਗ ਦੀ ਵਰਤੋਂ ਕਰਦੀ ਸੀ ਕਿਉਂਕਿ ਉਹਨਾਂ ਸਮਿਆਂ ਵਿੱਚ ਇਹ ਜਹੀਆਂ ਜੜੀਆਂ ਬੂਟੀਆਂ ਨਾਲ ਹੀ ਇਲਾਜ ਕੀਤਾ ਜਾਂਦਾ ਸੀ ਪੁਰਾਤਨ ਸਮਿਆਂ ਦੇ ਨਾਲ ਨਾਲ ਅੱਜ ਵੀ ਮੈਡੀਕਲ ਸਾਇੰਸ ਵਿੱਚ ਭੰਗ ਦੀ ਵਰਤੋਂ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਨਵੀਆਂ ਖੋਜਾਂ ਦੇ ਆਧਾਰ ਤੇ ਇਹ ਵਰਤੋਂ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ ਅੱਜ ਦੇ ਸਮੇਂ ਵਿੱਚ ਭੰਗ ਦੀ ਵਰਤੋਂ ਭਾਰ ਘਟਾਉਣ ਲਈ, ਪੇਟ ਦੀਆਂ ਅੰਤੜੀਆਂ ਦੀ ਸੋਜ ਘਟਾਉਣ ਲਈ ਵਰਤੀ ਜਾਂਦੀ ਹੈ। ਡਾਇਬਟੀਜ਼, ਚਿੰਤਾ ਦੇ ਰੋਗ ਨੂੰ ਦੂਰ ਕਰਨ ਲਈ, ਫੇਫੜੇ ਸਾਫ਼ ਕਰਨ ਲਈ, ਇੱਥੋਂ ਤੱਕ ਕਿ ਕੈਂਸਰ ਦੇ ਰੋਗ, ਹੱਡੀਆਂ ਖੁਰਨ ਦੇ ਰੋਗ ਅਤੇ ਨਸ਼ੇ ਛਡਾਉਣ ਲਈ ਭੰਗ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ। ਭੰਗ ਆਮ ਤੌਰ ਤੇ ਨਸ਼ਾ ਉਸ ਵੇਲੇ ਬੰਦੀ ਹੈ ਜਦੋਂ ਇਸ ਦੀ ਵਰਤੋਂ ਆਮ ਨਾਲੋਂ ਜ਼ਿਆਦਾ ਕੀਤੀ ਜਾਵੇ। ਸੰਘਾਤ ਜੀ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਆਦੀ ਤਾਂ ਹਰ ਚੀਜ਼ ਦੀ ਮਾੜੀ ਹੁੰਦੀ ਹੈ ਇਥੋਂ ਤੱਕ ਕਿ ਲੋੜ ਤੋਂ ਵੱਧ ਖਾਦਾ ਸੰਤੁਲਿਤ ਭੋਜਨ ਵੀ ਸਾਨੂੰ ਜ਼ਹਿਰ ਬਣ ਕੇ ਲੱਗਦਾ ਹੈ ਸੋ ਸੰਗਤ ਜੀ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਸੋ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ